ਪਗਤਪੁਰਨ ਸਿੰਘ ਲਈ ਮਨਿੰਦਰ ਸਿੰਘ ਦੇ ਵਿਚਾਰ ਹੈ ਨਿੱਕੇ ਹੁੰਦੇ ਗੁਰੂ ਰਾਮਦਾਸ ਸਰਾਵਾਲੇ ਪਾਸੇ ਕੁਆਟਰਾਂ 'ਚ ਰਹਿੰਦੇ ਹੁੰਦੇ ਸਾਂ ਜਦੋਂ ਵੀ ਕਿਤੇ ਘੰਟਾ ਘਰ ਵਾਲੇ ਪਾਸੇ ਜਾਣਾ ਤਾਂ ਗੇਟ ਦੇ ਨਾਲ ਇੱਕ ਨੁੱਕਰ ਜੀ ਕੋਲ ਇਹਨਾਂ ਨੇ ਬੈਠੇ ਹੋਣਾ ਉੱਤੇ ਸ਼ਾਇਦ ਇੱਕ ਤਰਪਾਲ ਜਾਂ ਕੋਈ ਟੈਂਟ ਜਿਆ ਹੁੰਦਾ ਸੀ ਨਾਲ ਇਹਨਾਂ ਦਾ ਪਿਆਰਾ ਪਿਆਰਾ ਸਿੰਘ ਵੀ ਹੁੰਦਾ ਸੀ ਕਦੇ-ਕਦੇ ਇਹਨਾਂ ਨੂੰ ਪਰਕਰਮਾਂ 'ਚ ਵੀ ਤੁਰੇ ਜਾਂਦੇ ਵੇਖਣਾ ਪਿਤਾ ਜੀ ਨੇ ਦੱਸਣਾ ਕਿ ਇਹਨਾਂ ਦਾ ਨਾਮ ਭਗਤਪੂਰਨ ਸਿੰਘ ਹੈ ਤੇ ਇਹ ਕੌਣ ਹਨ ਪਰ ਨਿਆਣ ਮਤ ਨੂੰ ਉਦੋਂ ਸ਼ਾਇਦ ਇਹ ਗੱਲਾਂ ਬਹੁਤੀਆਂ ਜ਼ਰੂਰੀ ਨਾ ਲੱਗਣੀਆਂ ਸੋਚਣਾ ਕਿ ਜਿੱਦਾਂ ਦੇ ਬਾਕੀ ਬਾਬੇ ਜੀ ਨੇ ਉਦਾਂ ਦਾ ਇਹ ਵੀ ਇੱਕ ਬਾਬਾ ਜੀ ਹੈ ਮੈਂ 8 ਕੁ ਸਾਲਾਂ ਦਾ ਸੀ ਜਦੋਂ ਇਹ ਚੜ੍ਹਾਈ ਕਰ ਗਏ ਪਿਤਾ ਜੀ ਉਸ ਦਿਨ ਬਹੁਤ ਗਮ ਸੁਮਝੇ ਦਿੱਸੀ ਕਹਿੰਦੇ ਅੱਜ ਕਿਸੇ ਨੇ ਘਰੇ ਟੀਵੀ, ਰੇਡੀਓ ਨਹੀਂ ਲਾਉਣਾ। ਉਦੋਂ ਕੁਝ ਸਮਝ ਨਹੀਂ ਆਇਆ ਤੇ ਸਮਝ ਅੱਜ ਵੀ ਨਹੀਂ ਆ ਰਿਹਾ। ਕਿ ਪੂਰੀ ਉਮਰ ਅਣਜਾਣ ਲੋਕਾਂ ਦੇ ਲੇਖੇ ਭਲਾਂ ਕੋਈ ਕਿੱਦਾਂ ਲਾ ਸਕਦਾ ਹੈ। ਸ਼ਾਇਦ ਸਾਡੇ ਵਰਗੇ ਪਦਾਰਥਵਾਦੀ ਲੋਕਾਂ ਲਈ ਇਹ ਸਮਝਣਾ ਔਖਾ ਹੈ। ਅਸੀਂ ਹੁਬ ਹੁਬ ਕੇ ਦੁਨੀਆ ਨੂੰ ਇਨਾ ਮੁੱਕਣੀਆਂ ਸ਼ਿਆਆਂ ਨਾਲ ਭਰੀਆਂ ਮੁਠੀਆਂ ਵਿਖਾਉਣੀਆਂ ਪਰ ਇਹ ਭੁੱਲੀ ਬੈਠੇ ਆਂ। ਕਿ ਸਾਡੀ ਗਿਣਤੀ ਵੀ ਮੁੱਕਣ ਵਾਲਿਆਂ ਚ ਹੀ ਆਉਂਦੀ ਐ ਤੇ ਜਦੋਂ ਆਖਰੀ ਗੱਡੀ ਤੇ ਸਵਾਰ ਹੋਣ ਦਾ ਸਮਾਂ ਆਇਆ ਉਦੋਂ ਸਾਡੇ ਹੱਥ ਖਾਲੀ ਹੋਣਗੇ ਜੋ ਆਇਆ ਸੋ ਚੱਲ ਸੀ ਢੋਲਾ ਤੂੰ ਰਾਖੀ ਕਰੇ ਮਕਾਨਾਂ ਦੀ ਇਹ ਮਿੱਟੀ ਦੇ ਢਾਰੇ ਨਾਲ ਨਹੀਂ ਜਾਣੀ ਜਦ ਬਣਿਆ ਮਿੱਟੀ ਸ਼ਮਸ਼ਾਨਾਂ ਦੀ ਭਰੀਆਂ ਝੋਲੀਆਂ ਨਾਲ ਉਹੀ ਵਾਪਸ ਜਾਣਗੇ ਜਿਨ੍ਹਾਂ ਨੂੰ ਭਾਈ ਕਨਈਏ ਦੀਆਂ ਅੱਖਾਂ ਲੱਗੀਆਂ ਹੋਣ ਜਿਨ੍ਹਾਂ ਲਈ ਕੋਈ ਉਪਰਾ ਨਹੀਂ ਧੰਨਵਾਦ